ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਬਾਦਸ਼ਾਹਪੁਰ ਮੰਡਿਆਲਾ, ਤਹਿਸੀਲ ਵੀ ਮੇਰੇ ਕੋਟਲਾ ਤੇ ਸੱਜਣੋ ਜ਼ਿਲ੍ਹਾ ਵੀ ਮੇਰੇ ਕੋਟਲਾ। ਬਾਈਆਂ ਨੂੰ ਆਪਾਂ ਪਹੁੰਚੇ ਹਾਂ ਦਿਲਦਾਰ ਡੈਰੀ ਫਾਰਮ ਤੇ। ਬੱਛੀ ਅੱਜ ਇੱਕ ਦਿਖਾਵਾਂਗੇ, ਪਰ ਦਿਖਾਵਾਂਗੇ ਯਾਰ ਬੱਛੀ ਨਗੀਨੇ ਹੀ ਦਿਖਾਵਾਂਗੇ, ਹੀਰੇ ਵਰਗੀ ਬੱਛੀ ਦਿਖਾਵਾਂਗੇ। ਰੰਗ ਰੂਪ ਦੀ ਵੀ ਬਾ ਕਮਾਲ ਆ ਤੇ ਸੂਈ ਵੀ ਤਾਜ਼ੀ ਆ। ਜੇ ਗੱਲਬਾਤ ਕਰ ਲਈਏ ਸੂਆ ਵੀ ਇਹਦਾ ਮੇਰਾ ਖਿਆਲ ਆ ਸੱਜਣੋ ਪਹਿਲਾਂ ਹੀ ਆ, ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਤੋਰ ਕੇ ਦਿਖਾਵਾਂਗੇ ਤੇ ਕਰਦੇ ਹਾਂ ਗੱਲਬਾਤ ਬੱਛੀ ਦੀ। ਆ ਜਾਓ ਜੀ। ਹੋਰ ਕਿਵੇਂ ਆ? ਵਧੀਆ ਬਾਈ, ਠੀਕ ਚੜ੍ਹਦੀ ਕਲਾ? ਵਧੀਆ ਵਧੀਆ। ਇੱਕ ਸਿਫਤ ਆ ਮੁੰਡੇ ਦੀ, ਹੱਸਦਾ ਹੀ ਰਹਿੰਦਾ। ਉਹ ਜਿਵੇਂ ਗਾਣਾ ਨਹੀਂ ਆਇਆ ਕਹਿੰਦਾ ਹੱਸਦੇ ਹੀ ਰਹਿੰਦੇ ਆ, ਟੈਨਸ਼ਨ ਨਹੀਂ ਲੈਂਦੇ ਹਨਾ। ਸਹੀ ਗੱਲ ਆ ਬਾਈ, ਸਹੀ। ਸੂਆ ਕਿਹੜਾ ਇਹਦਾ? ਤੋਰ ਦੇ ਸੂਆ ਬ੍ਰਦਰ, ਪਹਿਲਾ ਸੂਆ ਇਹਦਾ, ਪਹਿਲਾ ਸੂਆ। ਦੰਦਾਂ 'ਚ ਕਿਵੇਂ? ਚਾਰ ਦੰਦ ਆ ਬਾਈ, ਦੰਦਾਂ 'ਚ ਹੈਗੀ ਆ ਚਾਰ ਦੰਦ। ਸੂਈ ਕਦੋਂ ਸਟਾਰਟ ਹੋਈ? ਸੂਈ ਵੀਰੇ ਸਵੇਰੇ ਸੂਈ, ਅੱਜ 5-6 ਵਜੇ। ਅੱਛਾ, ਅੱਜ ਸਵੇਰੇ ਸੂਈ ਆ। ਜੇਰ ਜੂਰ ਡਨ ਆ? ਜੇਰ ਜੂਰ ਡਨ ਆ ਬਾਈ, ਓਕੇ ਦੀ ਰਿਪੋਰਟ ਆ। ਸੂਆ ਹੈਗਾ ਸੱਜਣੋ ਪਹਿਲਾਂ ਤੇ ਅੱਜ ਸਵੇਰੇ ਸੂਈ ਆ। ਜੇਰ ਜੂਰ ਬਾਈ ਕਹਿੰਦਾ ਡਨ ਆ। ਬੌਲਾ ਬੂਲਾ ਕੱਢਿਆ ਕੁਛ ਇਹਦਾ? ਬੌਲੇ ਵੱਡੇ ਬਾਈ ਕੱਢਦਾ ਸੀਗਾ, ਫਿਰ ਜੇਰ ਜੂਰ ਨਾ ਉਹਦੇ ਨਾਲ ਜਲਦੀ ਪੈਂਦੇ, 3-4 ਕਿਲੋ ਕੱਢਦਾ ਸੀ। ਠੀਕ ਆ ਜੀ। ਹਾਂ, ਜੇ ਜਿੰਨਾ ਬੌਲਾ ਜਲਦੀ ਕੱਢਦੇ ਆ ਨਾ, ਹਾਂਜੀ, ਜਲਦੀ ਜੇਰ ਦਾ ਕੰਮ ਡਨ ਹੁੰਦਾ, ਉਹਦੇ ਨਾਲ ਜੇਰ ਦਾ ਕੰਮ ਬਾਈ ਕਹਿੰਦਾ ਡਨ ਹੋ ਜਾਂਦਾ। ਇੱਕ ਸਾਈਡ ਤੋਂ ਮਾੜੀ ਮੋਟੀ ਕਿਵੇਂ ਲੱਗਦੀ ਆ? ਬੱਚਾ ਦੇਖੋ ਜਮੀ ਮੂਹਰੇ ਬੰਨੇ ਆਇਆ ਸੀਗਾ, ਇਹ ਮੂੰਹ ਲਾ ਗਿਆ ਇਹਨੂੰ, ਉਦਾਂ ਕਸਿਆਰ ਆ ਹਰੇਕ ਪਾਸੇ। ਓਕੇ ਓਕੇ ਦੀ ਰਿਪੋਰਟ ਆ ਵੀਰੇ, ਆਪਣੀ ਫੁੱਲ ਗਾਰੰਟੀ ਆ। ਜਮਾ ਇੱਥੋਂ ਜਿਵੇਂ ਨਾ ਤੁਹਾਨੂੰ ਮਾੜੀ ਮੋਟੀ ਲੱਗਦੇ, ਆਹ ਖਾਲੀ ਵੀ ਲੱਗੂਗਾ ਤੇ ਇਧਰੋਂ ਦੁੱਧ ਆ ਭਰਿਆ ਹੋਇਆ, ਕਿਉਂਕਿ ਉਹ ਮੈਂ ਅਨਸਾਰੀ ਪੁੱਛਿਆ ਬਾਈ ਨੂੰ, ਉਹ ਬੱਚਾ ਪੀ ਗਿਆ। ਉਹ ਤੁਸੀਂ ਸਵੇਰੇ ਆ ਕੇ ਯਾਰ ਚੈੱਕ ਕਰ ਲਿਓ, ਜਿਹੜੇ ਸੱਜਣ ਨੇ ਕਰਨੀ ਆ, ਕਿਉਂਕਿ ਉਦੋਂ ਨੂੰ ਕਸਿਆਰ ਕਰ ਜਾਂਦੀਆਂ ਸਾਈਡ ਪਸ਼ੂ। ਹਾਂ ਵੀਰੇ, ਸਾਈਡ ਵਾਲੀ ਜਿਹੜੀ ਸਾਈਡ ਵਾਲਾ ਸਿਸਟਮ ਹੁੰਦਾ, ਸਾਈਡ ਨਹੀਂ ਕਸਿਆਰ ਹੁੰਦੀ ਹੁੰਦੀ ਹੈ ਨਾ। ਹਾਂਜੀ ਹਾਂ ਬਾਈ, ਸਾਈਡ ਨਹੀਂ ਕਸਿਆਰ, ਸਾਈਡ ਨਹੀਂ ਕਸਿਆਰ ਹੁੰਦੀ ਹੁੰਦੀ, ਬੱਚਾ ਮੂੰਹ ਲਾ ਗਿਆ ਉਹਦੇ ਕਰਕੇ ਆਪਾਂ ਨੂੰ ਐਂ ਲੱਗਦਾ ਥੋੜਾ ਜਿਹਾ। ਬਾਕੀ ਥਣ ਥੁਣ ਦਿਖਾ ਤਰਸ, ਪਹਿਲਾਂ ਦੇ ਹਿਸਾਬ ਨਾਲ ਥਣ ਥੁਣ ਵਾਲੀ ਕੁਆਲਿਟੀ ਦਾ ਲੱਗਿਆ, ਤੇ ਧਾਰਾ ਧੂਰਾ ਵੀ ਕੋਸ਼ਿਸ਼ ਰਹੂਗੀ ਵੀ ਆਪਾਂ ਤੁਹਾਨੂੰ ਇਹਦੀਆਂ ਮਾਰ ਕੇ ਦਿਖਾਈਏ ਬੱਚੀ ਦੀਆਂ। ਥਣ ਵੀ ਕੁਆਲਿਟੀ ਦਾ ਲੱਗਿਆ ਤੇ ਨਾਲ ਇਹਦੇ ਮੇਲ ਕਾਫਾ ਨਾ, ਮੇਲ ਕਾਫਾ ਬਾਈ, ਜੇ ਬੱਚੀ ਹੁੰਦੀ ਵਾਲੀ ਗੱਲ ਬਣ ਜਾਂਦੀ, ਵਾਲੀ ਪਿਓਰ ਜਰਸੀ ਜਣਾ। ਹਾਂ ਸਹੀ ਗੱਲ ਆ ਬਾਈ, ਰੱਬ ਦੇ ਸੂਆ ਪਹਿਲਾਂ ਦੰਦਾਂ 'ਚ ਚਾਰ ਦੰਦ, ਚਾਰ ਦੰਦ ਬਾਈ, ਦੰਦਾਂ 'ਚ ਹੈਗੀ ਆ ਚਾਰ ਦੰਦ, ਸੂਆ ਹੈਗੀ ਆ ਪਹਿਲਾਂ। ਇੱਕ ਵਾਰੀ ਐਂ ਕਰੋ ਤਰਸ, ਫੇਸ ਕੁਆਲਿਟੀ ਤੇ ਮਾਰ ਦੇ, ਫੇਸ ਕੁਆਲਿਟੀ ਦਿਖਾ ਦੇ ਸਮਾਰ ਕੇ, ਬੋਦਾ ਬੂਦਾ ਵੀ ਉੱਪਰ ਜਿਵੇਂ ਜਰਸੀ 'ਚ ਸੱਜਣ ਕਹਿੰਦੇ ਹੁੰਦੇ ਨੇ ਵੀ ਪਿਓਰਿਟੀ 'ਚ ਆ ਜਾਂਦਾ, ਤੇ ਮੱਥੇ 'ਚ ਟੋਆ ਟੂਆ ਵੀ ਆ, ਕੰਨ ਵੀ ਛੋਟਾ ਤੇ ਫੇਸ ਵੀ ਕੋਈ ਜ਼ਿਆਦਾ ਲੰਬਾਈ 'ਚ ਨਹੀਂ ਹੈਗਾ। ਆ ਗਈ ਇਹ ਪਿਓਰ ਜਰਸੀ 'ਚ ਆ ਗਈ, 100 ਦਾ 100%, ਕਿਉਂਕਿ ਜਿਵੇਂ ਸੱਜਣ ਆਪਣੇ ਸ਼ੌਕੀਨ ਹੁੰਦੇ ਨੇ ਯਾਰ ਵੀ ਅੱਗੇ ਆਪਾਂ ਬੱਚੇ ਬੁੱਚੇ ਪਵਾਉਣੇ ਨੇ, ਤਾਂ ਚੰਗੇ ਬੱਚੇ ਲੈਣੇ ਨੇ, ਉਹਦੇ ਵਾਸਤੇ ਵੀ ਬੈਸਟ ਰਹੂਗੀ। ਥਣ ਥਨੌਟ ਵੀ ਪਹਿਲਣ ਦੇ ਹਿਸਾਬ ਨਾਲ ਚੰਗਾ, ਕਿਉਂਕਿ ਹਾਲੇ ਤੁਹਾਨੂੰ ਪਤਾ ਜਿਹੜਾ ਪਹਿਲਣ ਪਸ਼ੂ ਹੁੰਦਾ ਸੱਜਣੋ, ਖਾ ਪੀ ਕੇ ਤਿਆਰ ਹੁੰਦਾ 10-20 ਦਿਨਾਂ 'ਚ, ਉਦੋਂ ਤੱਕ ਇਹਨੇ ਬਣਨਾ, ਕਿਉਂਕਿ ਅੱਗੇ ਜਿਹੜੀ ਰੁੱਤ ਵੀ ਅੱਗੇ ਠੰਡੀ ਆਊਗੀ। ਜਿਵੇਂ ਤੁਹਾਨੂੰ ਮੈਂ ਦੱਸਦਾ ਵੀ ਹੁੰਦਾ ਵੀ ਜਿਹੜਾ ਗਾਵਾਂ ਦਾ ਪੀਕ ਲੈਵਲ ਹੁੰਦਾ, ਇਹ ਠੰਡਾ 'ਚ ਆ ਕੇ ਬਈ 4-4 ਮਹੀਨਿਆਂ ਦੀਆਂ ਸੂਈਆਂ ਵੀ ਪੀਕ ਲੈਵਲ ਫੜ ਜਾਂਦੀਆਂ ਨੇ। ਜਿਵੇਂ ਸਪੋਜ਼ ਕਰੋ ਵੀ ਅੱਜ ਕੋਈ ਗਾਂ 12 ਦਿੰਦੀ ਆ, ਹੋ ਸਕਦਾ ਉਦੋਂ ਉਹ 15-16 ਤੇ ਪਹੁੰਚ ਜੇ। ਕੁਆਲਿਟੀ ਬੱਛੀ 'ਚ ਚੰਗੀ ਆ, ਰੰਗ ਰੂਪ ਦੀ ਚੰਗੀ ਆ, ਚਮਕ ਚਮਕ ਬਹੁਤ ਆ, ਤੇ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾਈ ਦਿੱਤੀ, ਆ ਗਈ ਪਿਓਰ ਜਰਸੀ 'ਚ। ਪੈਸੇ ਖਾਣੇ ਦੇ ਪੈਸੇ ਬਾਈ, ਇਹਦਾ ਫੋਨ ਤੇ ਕਰ ਲਾਂਗੇ ਆਪਾਂ। ਵਾਲੇ ਤਾਂ ਨਹੀਂ ਮੰਗਦਾ, ਵਾਲੇ ਨਹੀਂ ਮੰਗਦਾ, ਜਿੰਨੇ ਕਿ ਉਹਨਾਂ ਨੂੰ ਹੋਇਆ ਤਰਸ ਨੂੰ ਬੱਛੀ ਦਿਖਾਈ ਜਾਣਦੇ ਫੇਸਬੁੱਕ ਮਾਰ ਕੇ ਨਾ, ਕਿੰਨੇ ਕੁ ਰੁਪਏ, ਜਿੰਨੇ ਕੋਟ ਦੀ ਆ, ਜਿੰਨੇ ਕੋਟ ਦੀ ਉਹਨੇ ਕੀ ਲਵਾਂਗੇ, ਵਾਲੇ ਮੁੱਲ ਨਹੀਂ ਕਰਦੇ ਬਾਈ ਆਪਾਂ। ਇੱਕ ਗੱਲ ਹੋਰ ਦੱਸਦਾ ਨਾ, ਮੁੱਲ ਬਾਈ ਕਹਿੰਦਾ ਉਹਨਾਂ ਕੀ ਕਰਾਂਗੇ, ਜਿੰਨੇ ਕੁ ਰੁਪਏ ਕੋਟ ਦੀ ਆ, ਬਾਕੀ ਯਾਰ ਬੱਚੀ ਤੁਹਾਨੂੰ ਆਪ ਹੀ ਦੱਸੂਗੀ ਵੀ ਇੰਨੇ ਕੁ ਰੁਪਈਆਂ ਦੀ ਮੈਂ ਹੈਗੀ ਆ। ਬਿਲਕੁਲ ਬਿਲਕੁਲ, ਪੂਰੀ ਸ਼ਾਈਨਿੰਗ ਆ ਬਾਈ, ਤੁਸੀਂ ਦੇਖ ਲਓ ਨਾ, ਪੂਰੀ ਜਾਨ ਵਾਲੀ ਬੱਚੀ ਆ, ਬਾਡੀ ਬੁੱਡੀ ਤੇ ਵੀ ਸ਼ਾਈਨਿੰਗ ਚੰਗੀ ਆ, ਕਿਸੇ ਪਾਸਿਓਂ ਕੋਈ ਲਿੱਸੀ ਫਿੱਕੀ ਨਹੀਂ ਜੇ ਗੱਲਬਾਤ। ਬਾਕੀ ਆਉਣ ਵਾਲਾ ਟਾਈਮ ਜਿਵੇਂ ਠੰਡ ਆਉਂਦੀ ਆ ਨਾ ਬਾਈ, ਇਹ ਲਗਾਤਾਰ ਦੁੱਧ ਤੇ ਚੱਲਦੀਆਂ ਨੇ, ਸਰਦੀ ਆਉਂਦੀ ਆ ਨਾ। ਗੱਲ ਤੁਹਾਨੂੰ ਹੋਰ ਵੀ ਦੱਸਦਾ ਨਾ, ਇਹਦੀ ਫੈਟ ਪਰਸੈਂਟੇਜ ਜਿਹੜੀ ਮੈਸਾਂ ਦੇ ਬਰਾਬਰ ਆ, 5-6 ਵਗ ਜਾਂਦੀ ਆ। ਜਹੀ ਜੀ ਤੁਸੀਂ ਮੈਸ ਲੈ ਲਈ, ਜਹੀ ਜੀ ਸੱਜਣਾ ਤੁਸੀਂ ਨੇ ਜਰਸੀ ਗਾ ਲੈ ਲਈ ਆ, ਜਰਸੀ ਲੈ ਲਈ। ਆ ਨੰਬਰ ਬੋਲ ਦਿਓ ਜੀ ਆਪ, ਨੰਬਰ ਬਾਈ 987-25-0-63-14, 987-25-0-63-14। ਹੌਲੀ ਬੋਲ ਮਾੜਾ ਜਾ, 987-25-0-63-14, 987-25-0-63-14, 925 9725-0-63-14 ਨੰਬਰ ਆ ਬਾਈ ਦਾ।
ਨੰਬਰ ਸੱਜਣੋਂ ਵੀਡੀਓ 'ਚ ਹੀ ਲਾ ਦੂੰਗਾ ਸਕਰੀਨ 'ਤੇ, ਜਿਹੜੇ ਵੀ ਸੱਜਣ ਨੂੰ ਯਾਰ ਜਰਸੀ ਦਾ ਇਹ ਨਗੀਨਾ ਪਸੰਦ ਆਊਗਾ ਬਾਈ ਤੋਂ ਫੋਨ 'ਤੇ ਔਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ, ਔਨਲਾਈਨ ਵੀ ਭੇਜ ਦਾਂਗੇ ਬਾਈ, ਔਨਲਾਈਨ ਭੇਜ ਦਾਂਗੇ ਆਪਣੀ ਥਣ ਦੀ ਕੋਈ ਭੂਰ ਛੱਟੇ ਦੀ ਕੋਈ ਨਾੜ ਦੀ ਕੋਈ ਘੱਟ ਵੱਧ ਬੋਝ ਭਾਰ ਦੀ ਸਾਰੀ ਗਰੰਟੀ ਆ ਆਪਣੀ, ਠੀਕ ਹੈ, ਔਨਲਾਈਨ ਮੰਗਵਾ ਲਏ, ਬਾਕੀ ਦੁੱਧ ਬੰਦੇ ਦੀ ਸੇਵਾ ਦਾਗਾ, ਠੀਕ ਹੈ ਠੀਕ ਹੈ, ਹੁਣ ਹੈਗੀ ਬੋਲੇ ਜਿੰਨਾ ਆਪਾਂ ਨੀ ਝੋਈ ਹੈਗੀ, ਠੀਕ ਹੈ ਠੀਕ ਹੈ, ਸਵੇਰੇ ਸੂਈ ਸੂਈ ਹਜੇ 5-6 ਵਜੇ ਤਾਂ ਹਜੇ ਤਾਂ ਬੋਲੇ ਜੀ ਆ, ਦੁੱਧ ਤੁਹਾਡੀ ਸੇਵਾ ਦਾ ਜਿਹੜਾ ਪਾਸਾ ਤੁਹਾਨੂੰ ਮੈਂ ਦੱਸਿਆ ਉਹ ਚਾਹੇ ਬਾਈ ਤੋਂ ਤੁਸੀਂ ਨਾ ਬਾਅਦ ਚੋਂ ਵੀਡੀਓ ਕਾਲ ਤੇ ਵੀ ਚੈੱਕ ਕਰ ਲਿਓ ਯਾਰ, ਚਾਹੇ ਨੇੜੇ ਆ ਕੇ ਦੇਖ ਜਿਓ, ਹਾਂ ਉਹਦੀ ਵੀ ਉਹ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦੇਣਾ ਕਿਉਂਕਿ ਬੱਚਾ ਬਾਈ ਕਹਿੰਦਾ ਉਧਰਲਾ ਪਾਸਾ ਪੀ ਗਿਆ, ਦੱਸਦਾ ਵੀ ਆ ਇਧਰੋਂ ਗਾਂ ਟੈਟਾ ਤੇ ਇਧਰ ਇਧਰਲੇ ਬੰਨਿਓ ਆਹ ਚੀਜ਼ ਪੋਲੀ ਆ, ਦੱਸਦੀ ਵੀ ਆ ਤੁਹਾਨੂੰ, ਤੇ ਬਾਕੀ ਬਾਈ ਤੋਂ ਤੁਸੀਂ ਚੈੱਕ ਕਰਕੇ ਵੀ ਲਿਆ ਸਕਦੇ ਹੋ, ਇਹੀ ਜੀ ਗੱਲ ਨਹੀਂ, ਬੱਚੀ ਚੰਗੀ ਆ ਤੇ ਨੰਬਰ ਬਾਈ ਦਾ ਵੀਡੀਓ ਚਲਾ ਦੂੰਗਾ, ਜਿਹੜੇ ਸੱਜਣ ਨੂੰ ਪਸੰਦ ਆਊ ਬਾਈ ਨਾਲ ਗੱਲਬਾਤ ਕਰਕੇ ਬੱਚੀ ਖਰੀਦ ਲਿਓ, ਧੰਨਵਾਦ ਜੀ।